ਹਾਂਜੀ ਸਬਸਕ੍ਰਾਈਬ ਕਰੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਦੀ ਜਹਾਜ਼ ਦੇ ਵਿੱਚ ਸੋ ਸਭ ਤੋਂ ਪਹਿਲਾਂ ਦਾ ਲਾਲ ਬਟਨ ਦੇ ਕਰਕੇ ਕਲਿੱਕ ਆਪਣਾ ਚੈਨਲ ਕਰ ਲੋ ਸਬਸਕ੍ਰਾਈਬ ਨਾਲ ਹੀ ਘੰਟੀ ਦੇ ਬਟਨ ਤੇ ਕਲਿੱਕ ਜਰੂਰ ਕਰਨਾ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਤੇ ਜੁੜੇ ਰਹੋ ਇਸੇ ਤਰ੍ਹਾਂ ਆਪਣੇ ਚੈਨਲ ਦੇ ਨਾਲ ਥੈਂਕ ਯੂ ਵੈਰੀ ਮਚ ਹਾਂਜੀ ਸਬਸਕ੍ਰਾਈਬ ਕਰੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਦੀ ਜਹਾਜ਼ ਦੇ ਵਿੱਚ ਸੋ ਸਭ ਤੋਂ ਪਹਿਲਾਂ ਵੀ ਆਪਣਾ ਹੈਲਪ ਲਾਈਨ ਨੰਬਰ ਕਰ ਲੋ ਨੋਟ ਅਨਚਰ ਸਕਰੀਨ ਤੇ ਸ਼ੋ ਹੋ ਰਿਹਾ ਹੈ ਜੇ ਕਿਸੇ ਮੇਰੇ ਬੀਜ ਨੇ ਕੋਈ ਖੇਤੀ ਵਾਲਾ ਸੰਧ ਫਲ ਦਵਿਆਂ ਡੈਕਟਰ ਟਰਾਲੀ ਜੋ ਕੋਈ ਵੀ ਮਸ਼ੀਨਰੀ ਬ੍ਰੇਕ ਆਰ ਜੀ ਕਿਤੇ ਸੇਲ ਕਰਨੀ ਹੈ ਤਾਂ ਉਸ ਦੀਆਂ 5-7 ਫੋਟੋਆਂ ਨਾਲ ਹੀ ਦਿਲੂਣ ਦੀ ਜਾਣਕਾਰੀ ਆਪਣੇ ਇਸ ਨੰਬਰ ਤੇ WhatsApp ਕਰ ਦਿਓ ਆਪਾਂ ਤੁਹਾਡੀ ਐਡ ਆਪਣੇ ਚੈਨਲ ਜੱਟਾਂ ਦੇ ਹਾਇ ਤੇ ਕਰ ਦੇਵਾਂਗੇ ਬਿਲਕੁਲ ਫ੍ਰੀ ਐਡ ਹੈ ਵੀਰੇ ਕੋਈ ਕਮਿਸ਼ਨ ਨਹੀਂ ਆਪਣਾ ਸੋ ਇੱਕ ਰਿਕਵੈਸਟ ਹੈ ਵੀਰੇ ਜੇ ਕੋਈ ਮੇਰੇ ਵੀਰ ਐਡ ਕਰਵਾਉਣਾ ਪਰਮਿਸ਼ਨ ਮੈਨੂੰ ਸੈਂਡ ਕਰੂਗਾ ਤਾਂ ਆਪਣੇ ਜਿਹਦਾ ਜੋ ਰੇਟ ਹੈ ਪ੍ਰਾਈਸ ਹੈ ਉਹ ਮਾਰਕੀਟ ਵੈਲਿਊ ਲੈ ਰੱਖੋ ਵੀਰੇ ਤੇ ਸਹੀ ਜਾਣਕਾਰੀ ਦਿਓ ਸੋ ਰੇਟ ਬਾਰੇ ਵੀਰਾਂ ਦੀ ਬਹੁਤ ਕੰਪਲੇਨਟ ਆਉਂਦੀ ਹੈ ਵੀ ਵੀਡੀਓ ਦੇ ਵਿੱਚ ਰੇਟ ਜਿਆਦਾ ਰੱਖਿਆ ਜਾਂਦਾ ਸੋ ਇਸ ਰਿਗਾਰਡਿੰਗ ਦੱਸ ਲੱਗੇ ਆ ਵੀਰੇ ਜੋ ਕਿ ਵੀਡੀਓ ਦੇ ਵਿੱਚ ਰੇਟ ਰੱਖਿਆ ਗਿਆ ਹੁੰਦਾ ਹੈ ਉਹ ਸਿਰਫ ਮਾਲਕ ਵੀਰ ਨਾਲੋਂ ਰੱਖੀ ਗਈ ਕਿ ਡਿਮਾਂਡ ਹੁੰਦੀ ਹੈ ਜੋ ਪ੍ਰਾਈਸ ਮੌਕੇ ਤੇ ਘੱਟ ਹੋਵੇਗਾ ਮੌਕੇ ਤੇ ਡਿਸਕਾਊਂਟ ਕਰਨਗੇ ਵੀਰ ਸੋ ਜੇਕਰ ਮੇਰੇ ਵੀਰ ਜੀ 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 ਚੀਜ਼ੀ ਦਨ ਚਾਹਵਨ ਹੈ ਮਾਲਕ ਵੀਰ ਨਾਲ ਫੋਨ ਤੇ ਕਨੈਕਟ ਕਰਕੇ ਮਾਰਕੀਟ ਵੈਲਿਊ ਵਾਲਾ ਰੇਟ ਵਗੈਰਾ ਆਪਣਾ ਸੈੱਟ ਕਰਕੇ ਚੀਜ਼ ਖਰੀਦ ਸਕਦੇ ਹੋ ਸੋ ਨਾਲ ਹੀ ਚੀਜ਼ ਖਰੀਦਣ ਵੇਲੇ ਪੇਪਰ ਵਗੈਰਾ ਦੀ ਵੈਰੀਫਿਕੇਸ਼ਨ ਜ਼ਰੂਰ ਕਰ ਲਿਆ ਕਰੋ ਥੈਂਕ ਯੂ ਵੀਰੇ ਸੋ ਵੀਰੇ ਅੱਜ ਆਪਾਂ ਤੁਹਾਡੇ ਲੈ ਕੇ ਆਏ ਆਂ 6 ਚੀਜ਼ਾਂ ਨਸੇਲੀ ਆਪਣੇ ਕੋਲ ਚਾਰ ਗਿਰਦੀਆਂ ਨੇ ਇੱਕ ਟਰਾਲੀ ਹੈ ਇੱਕ ਸਕੂਟੀ ਹੈ ਗੱਡੀ ਦੇ ਵਿੱਚ ਆਪਣੇ ਕੋਲ ਮਰੂਤੀ ਜੈਨ ਹੈ ਐਲਐਕਸ ਵੇਰੀਐਂਟ ਮਰੂਤੀ ਸਵਿਫਟ ਵੀਡੀਆਈ ਹੈ ਮਹਿੰਦਰਾ ਥਾਰ ਹੈ 4 ਵੀਲ ਡਰਾਈਵ ਮਹਿੰਦਰਾ ਸਕੋਰਪੀਓ ਹੈ ਇਹ ਚਾਰ ਗੱਡੀਆਂ ਨੇ ਵੀਰੇ ਇੱਕ ਆਪਣੇ ਕੋਲ 18.5 ਫੁੱਟ ਦੀ ਟਰਾਲੀ ਹੈ ਇੱਕ ਹੌਂਡਾ ਐਕਟੀਵਾ ਸਕੂਟੀ ਹੈ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰ ਲੱਗੇ ਹਾਂ ਮਰੂਤੀ ਜੈਨ ਬਾਰੇ ਮਰੂਤੀ ਜੈਨ ਐਲਐਕਸ ਵੀਰੇ 2005 ਮਾਡਲ ਗੱਡੀ ਹੈ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਸਾਫ ਸੁਥਰੀ ਕੰਡੀਸ਼ਨ ਦੇ ਵਿੱਚ ਗੱਡੀ ਹੈ 2024 ਤੱਕ ਪਾਸਿੰਗ ਹੈ ਨਵੰਬਰ 2024 ਤੱਕ ਪਾਸ ਹੈ ਗੱਡੀ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਤੁਸੀਂ ਦੇਖ ਸਕਦੇ ਹੋ ਇੰਜਨ ਗੇਅਰ ਦੀ ਕੰਡੀਸ਼ਨ ਬਿਲਕੁਲ ਓਕੇ ਹੈ ਕੋਈ ਐਕਸਟਰਾ ਨੌਇਸ ਵਗੈਰਾ ਨਹੀਂ ਸਾਊਂਡ ਵਗੈਰਾ ਨਹੀਂ ਇੱਕਦਮ ਸਾਇਲੈਂਟ ਗੱਡੀ ਹੈ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਸਰਵਿਸ ਵਗੈਰਾ ਹੋਈ ਵੀ ਹੈ ਮਕੈਨੀਕਲ ਵਰਕ ਸਾਰਾ ਡਾਨਾ ਵੀਰੇ ਇੰਜਨ ਗੇਅਰ ਸਭ ਓਕੇ ਕੰਡੀਸ਼ਨ ਦੇ ਵਿੱਚ ਆਏ ਵਧੀਆ ਕੁਆਲਿਟੀ ਦੇ ਸ਼ੀਟ ਕਵਰ ਵਗੈਰਾ ਲੱਗੇ ਨੇ ਏਸੀ ਹੀਟਰ ਬਿਲਕੁਲ ਓਕੇ ਚੱਲਦਾ ਹੈ ਮੱਕੀਂ ਡੀਲਰ ਸਾਫ ਸੁਥਰਾ ਹੈ ਵਧੀਆ ਮੈਟਿੰਗ ਵਗੈਰਾ ਹੋਈ ਵੀ ਹੈ ਕੋਈ ਕਮੀ ਪੇਸ਼ੀ ਨਹੀਂ ਹਰਿਆਣਾ ਨੰਬਰ ਗੱਡੀ ਹੈ ਐਫ ਡੀਪ ਟ ਵਗੈਰਾ ਵੀਰ ਕਟਵਾ ਕੇ ਦੇਣਗੇ ਬਾਕੀ ਪੇਪਰ ਵਗੈਰਾ ਓਵਰ ਆਲ ਸਾਰੇ ਕੰਪਲੀਟ ਨੇ ਗੱਡੀ ਦੇ ਲੋਕੇਸ਼ਨ ਵੀਰੇ ਸੰਗਰੂਰ ਲੋਕੇਸ਼ਨ ਹੈ ਸੰਗਰੂਰ ਦੇ ਲਾਗੇ ਵੀਰਾਂ ਕੋਲੇ ਗੱਡੀ ਹੈ ਗੱਡੀ ਦੀ ਡਿਮਾਂਡ ਰੱਖੀ ਹੈ 80000 ਰੁਪਿਆ ਮੌਕੇ ਤੇ ਡਿਸਕਾਊਂਟ ਹੋ ਚੁੱਕਾ ਹੈ ਕਨੈਕਟ ਨੰਬਰਾਂ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਵੀ ਤੇ ਜਾਣਕਾਰੀ ਲੈ ਕੇ ਤੁਸੀਂ ਗੱਡੀ ਖਰੀਦ ਸਕਦੇ ਹੋ ਹਾਂ ਜੀ ਵੀਰੇ ਆਪਾਂ ਤੁਹਾਨੂੰ Maruti Swift ਗੱਡੀ ਦੇਖਾਰੇ ਆ Maruti Swift VDI ਵੀਰੇ 2013 ਮਾਡਲ ਗੱਡੀ ਹੈ ਬੜੀਆ ਸਾਫਤਰੀ ਕੰਡੀਸ਼ਨ ਦੇ ਵਿੱਚ 2013 ਮਾਡਲ Swift VDI ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਹੈ ਗੱਡੀ ਦੇ ਜੋ ਟਾਇਰ ਨੇ 80 85 ਪੈਸੇ ਟਾਇਰ ਨੇ ਬੇਦਾਗ ਸਾਫਤਰੇ ਵਧੀਆ オリジナル ਟਾਇਰ ਨੇ ਪੂਰੀ ਓਕੇ ਕੰਡੀਸ਼ਨ ਹੈ ਬੜੀਆ ਸਾਫਤਰਾ ਰੰਗ ਪੇਂਟ ਕੋਈ ਡੈਮੇਜ ਨਹੀਂ ਕੋਈ ਡੈਂਟ ਨਹੀਂ ਕੋਈ ਐਕਸੀਡੈਂਟ ਨਹੀਂ ਬੈਲ ਮੈਂਟੇਨ ਗੱਡੀ ਹੈ ਨਾਉਨ ਐਕਸੀਡੈਂਟਡ ਹੈ ਵੀਰੇ ਬਾਜ ਲਾਈਨ ਦੀ ਬਿਲਕੁਲ ਸਾਫ ਸੁਥਰੀ ਹੈ 57000 ਦੇ ਕਰੀਬ ਗੱਡੀ ਚੱਲੀ ਵੀ ਹੈ ओरिजिनल ਚੱਲੀ ਹੈ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਸਰਵਿਸ ਬੁੱਕ ਵਗੈਰਾ ਨਾਲ ਹੈ ਕੋਈ ਕਮੀ ਪੇਸ਼ ਨਹੀਂ ਬਿਲਕੁਲ ਸਮੂਥਲੀ ਚੱਲਦੀ ਹੈ ਕੋਈ ਐਕਸਟਰਾ ਨੌਇਸ ਵਗੈਰਾ ਨਹੀਂ ਸਾਊਂਡ ਵਗੈਰਾ ਨਹੀਂ एकदम ਸਾਇਲੈਂਟ ਤੇ ਸੀਲਡ ਗੱਡੀ ਹੈ ਵਧੀਆ ਕੁਆਲਿਟੀ ਦੇ ਸੀਟ ਕਵਰ ਵਗੈਰਾ ਲੱਗੇ ਹੋਏ ਨੇ ਮੈਟਿੰਗ ਵਗੈਰਾ ਹੋਈ ਵੀ ਹੈ 뮤직 ਸਿਸਟਮ ਏਸੀ ਹੀਟਰ ਬਿਲਕੁਲ ਓਕੇ ਚੱਲਦਾ ਹੈ ਬਾਕੀ ਇੰਟੀਰੀਅਰ ਸਾਫ਼ ਸੁੱਤਰੀ ਕੰਡੀਸ਼ਨ ਦੇ ਵਿੱਚ ਹੈ ਵੀਰੇ ਥੋਈ ਕਮੀ ਪੇਸ਼ ਨਹੀਂ ਗੱਡੀ ਦੇ ਵਿੱਚ ਦਿੱਲੀ ਨੰਬਰ ਹੈ ਗੱਡੀ ਐਨਓਸੀ ਵਗੈਰਾ ਅਵੇਲੇਬਲ ਹੈ ਬਾਕੀ ਪੇਪਰ ਵਗੈਰਾ ਓਵਰঅল ਸਾਰੇ ਕੰਪਲੀਟ ਨੇ ਲੋਕੇਸ਼ਨ ਵੀਰੇ ਲਹਿਰਾ ਗਾਗਾ ਲੋਕੇਸ਼ਨ ਹੈ ਵੀਰਾਂ ਦੀ ਜ਼ਿਲ੍ਹਾ ਸੰਗਰੂਰ ਉੱਥੇ ਵੀਰਾਂ ਕੋਲੇ ਇਹ ਗੱਡੀ ਹੈ ਗੱਡੀ ਦੀ ਡਿਮਾਂਡ ਰੱਖੀ ਹੈ 3,25,000 ਰੁਪਿਆ ਮੌਕੇ ਤੇ ਡਿਸਕਾਊਂਟ ਹੋ ਜਾਏਗਾ ਕਨੈਕਟ ਨੰਬਰਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਹਾਂਜੀ ਵੀਰੇ ਆਪਾਂ ਇਹਨਾਂ ਨੂੰ ਟਰਾਲੀ ਦਿਖਾ ਰਹੇ ਹਾਂ 1.18 ਬਾਈ 7 ਫੁੱਟ ਦੀ ਟਰਾਲੀ ਹੈ ਵੀਰੇ 2021 ਮਾਡਲ 2021 ਜੀ ਬਣੀ ਵੀ ਟਰਾਲੀ ਹੈ 1.18 ਬਾਈ 7 ਫੁੱਟ ਸਾਈਜ਼ ਹੈ ਬਿਲਕੁਲ ਵਧੀਆ ਹੈਵੀ ਕੁਆਲਿਟੀ ਦੀ ਬਣੀ ਹੋਈ ਟਰਾਲੀ ਹੈ ਟਰਾਲੀ ਦੀ ਇਹ 2 ਫੁੱਟ ਬਾਡੀ ਹੈ ਵੀਰੇ 2.5 ਫੁੱਟ ਬਿਡ ਲੱਗਿਆ ਹੋਇਆ ਹੈ ਪੂਰੀ ਹੈਵੀ ਕੁਆਲਿਟੀ ਦਾ ਵਧੀਆ ਬਿਡ ਲੱਗਿਆ ਹੋਇਆ ਹੈ ਬਿਡ ਦੇ ਉੱਪਰ ਅੱਧਾ ਫੁੱਟ ਦੇ ਉੱਤੇ ਝੋਪੜੀ ਵਾਲੀ ਪੈਪ ਲੱਗੀ ਹੋਈ ਹੈ ਵਧੀਆ ਹੈਵੀ ਕੁਆਲਿਟੀ ਦਾ ਬਿਡ ਹੈ ਬਾਕੀ ਬਾਡੀ ਲਾਈਨ ਦੀ ਟਰਾਲੀ ਬਿਲਕੁਲ ਸਾਫ਼ ਸੁਥਰੀ ਹੈ 10 ਇੰਚੀ ਚਾਸੀ ਹੈ ਵੀਰੇ 10 ਨੱਟੀ ਹੱਬ ਹੈ ਰੇਲ ਦਾ オリジナル thora ਲੱਗਿਆ ਹੋਇਆ ਹੈ ਬਾਕੀ ਟਰਾਲੀ ਦੇ ਜੋ ਟਾਇਰ ਨੇ 555 ਪੈਸੇ ਟਾਇਰ ਨੇ ਬੇਦਾਗ ਸਾਫ ਤੇ ਵਧੀਆ origignal ਦੋਨੋਂ ਜੋੜੀਆਂ ਬਿਨਾ ਕੱਟ ਤੋਂ ਟਾਇਰ ਨੇ ਵੀਰੇ ਵਧੀਆ ਕੁਆਲਿਟੀ ਦੇ ਵਿੱਚ ਬੀਲ ਕੱਪ ਵਗੈਰਾ ਲੱਗੇ ਹੋਏ ਨੇ डिलक्स ਮਾਡਲ ਹੈ ਟੋਟਲ ਐਸੈਸਰੀ ਲੱਗੀ ਵੀ ਹੈ ਟਰਾਲੀ ਨੂੰ ਵੀਰੇ ਵਧੀਆ ਕੁਆਲਿਟੀ ਦੀ ਐਸੈਸਰੀ ਦੇ ਵਿੱਚ LED ਲਾਈਟਸ ਲੱਗਿਆ ਨੇ ਮੰਜਾ ਰਸਾ ਟਾਈਟ ਕਰਨ ਵਾਲਾ ਸਿਸਟਮ ਰਸਾ ਇਕੱਠਾ ਕਰਨ ਵਾਲਾ ਸਿਸਟਮ ਪਾਣੀ ਵਾਲੀ ਟਾਂਕੀ ਲੱਗੀ ਵੀ ਹੈ ਵਧੀਆ ਹੈਵੀ ਕੁਆਲਿਟੀ ਦੀ ਟਰਾਲੀ ਬਣੀ ਵੀ ਹੈ ਵਧੀਆ ਕੁਆਲਿਟੀ ਦਾ ਪੇਂਟ ਹੋਇਆ ਹੋਇਆ ਵੀਰੇ ਬਾਕੀ ਫਰਸ਼ ਚਾਦਰ ਦੀ ਕੰਡੀਸ਼ਨ ਬਿਲਕੁਲ ਓਕੇ ਹੈ ਕੋਈ ਕਿਦੋਂ ਗਲੀ ਸੜੀ ਨਹੀਂ ਜਰ ਵਗੈਰਾ ਨਹੀਂ ਵਧੀਆ ਸਾਫ ਸੁਥਰੀ ਫਰਸ਼ ਚਾਦਰ ਹੈ ਪੂਰੀ ਹੈਵੀ ਕੁਆਲਿਟੀ ਦੀ ਟਰਾਲੀ ਹੈ ਟਰਾਲੀ ਦਾ ਜੋ ਪ੍ਰਾਈਸ ਰੱਖਿਆ ਗਿਆ ਵੀਰੇ 3,05,000 ਰੁਪਿਆ ਰੇਟ ਹੈ ਲੋਕੇਸ਼ਨ ਵੀਰਾਂ ਦੀ ਹੁਸ਼ਿਆਰਪੁਰ ਹੈ ਉੱਥੇ ਵੀਰਾਂ ਕੋਲ ਹੈ ਟਰਾਲੀ ਹੈ ਕਨੈਕਟ ਨੰਬਰਾਂ ਨੀਚੇ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਵੀਧੇ ਜਾਣਕਾਰੀ ਲੈ ਕੇ ਤੁਸੀਂ ਟਰਾਲੀ ਖਰੀਦ ਸਕਦੇ ਹੋ ਹਾਂਜੀ ਵੀਰੇ ਅਬੰਦ ਨੂੰ Honda Activa ਸਕੂਟੀ ਦਿਖਾ ਰਿਹਾ ਹਾਂ Honda Activa ਵੀਰੇ 5G ਵਰਜਨ ਹੈ 2019 ਮਾਡਲ ਹੈ 2019 ਮਾਡਲ Honda Activa 5G ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਸਕੂਟੀ ਹੈ ਵੀਰੇ ਜੋ ਅਗਲਾ ਟਾਇਰ ਹੈ ਸਕੂਟੀ ਦਾ ਉਹ 50 55 ਪੈਸੇ ਹੈ ਬੈਕ ਵਾਲਾ ਟਾਇਰ ਬਿਲਕੁਲ ਨਵਾਂ ਹੈ ਵੇਦਾ ਕੰਡੀਸ਼ਨ ਦੇ ਵਿੱਚ ਸਕੂਟੀ ਹੈ ਵੀਰੇ ਕੋਈ ਕਿਤੇ ਐਕਸੀਡੈਂਟਡ ਵਗੈਰਾ ਨਹੀਂ ਡੈਮੇਜ ਵਗੈਰਾ ਨਹੀਂ ਬਾਡੀ ਲੈਂਡ ਦੀ ਬਿਲਕੁਲ ਸਾਫ਼ ਸੁਥਰੀ ਹੈ ਨਾਉਨ ਐਕਸੀਡੈਂਟਡ ਹੈ ਬਿਲਕੁਲ ਸਮੂਥਲੀ ਚੱਲਦੀ ਹੈ ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਤੁਸੀਂ ਸਕੂਟੀ ਦੇਖ ਸਕਦੇ ਹੋ ਸਮੂਥਲੀ ਵਰਕ ਕਰਦਾ ਇੰਜਨ ਗੇਰ ਵਗੈਰਾ ਬਾਕੀ ਕੋਈ ਡੈਮੇਜ ਵਗੈਰਾ ਨਹੀਂ ਬਿਲਕੁਲ ਓਕੇ ਕੰਡੀਸ਼ਨ ਵਿੱਚ ਹੈ ਕੋਈ ਪਾਰਟ ਨਹੀਂ ਚੇਂਜ ਹੋਇਆ ਕੋਈ ਐਸੈਸਰੀ ਨਹੀਂ ਚੇਂਜ ਹੋਈ ਆਲ オリジナル ਪਾਰਟਸ ਨੇ ਬਾਕੀ ਮਕੈਨੀਕਲ ਵਰਕ ਸਾਰਾ ਡਨ ਹੈ ਹਰਿਆਣਾ ਨੰਬਰ ਹੈ ਪੇਪਰ ਵਗੈਰਾ ਸਾਰੇ ਕੰਪਲੀਟ ਨੇ ਐਨਓਸੀ ਵਗੈਰਾ ਅਵੇਲੇਬਲ ਹੈ ਪਹਿਲੇ ਸੈਲਫ ਸਟਾਰਟ ਹੈ ਵੀਰੇ ਬੈਟਰੀ ਵਗੈਰਾ ਦੀ ਕੰਡੀਸ਼ਨ ਬਿਲਕੁਲ ਓਕੇ ਹੈ ਲੋਕੇਸ਼ਨ ਵੀਰਾਂ ਦੀ ਅੰਬਾਲਾ ਸਿਟੀ ਲੋਕੇਸ਼ਨ ਹੈ ਵੀਰੇ ਉੱਥੇ ਵੀਰਾਂ ਕੋਲੇ ਇਹ ਗੱਡੀ ਹੈ ਸਕੂਟੀ ਹੈ ਸਕੂਟੀ ਦੀ ਡਿਮਾਂਡ ਰੱਖੀ ਹੈ 48000 ਰੁਪਿਆ ਕਨੈਕਟ ਨੰਬਰਾਂ ਨੇ ਚ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਵੀ ਤੇ ਰਿਜਾਇਨ ਕਰੀ ਲੈ ਕੇ ਸਕੂਟੀ ਖਰੀਦ ਸਕਦੇ ਹੋ ਹਾਂਜੀ ਵੀਰੇ ਅੱਬ ਇਹ ਤੁਹਾਨੂੰ ਮਹਿੰਦਰਾ ਥਾਰ ਦਿਖਾ ਰਹੇ ਹਾਂ ਮਹਿੰਦਰਾ ਥਾਰ ਵੀਰੇ 2015 ਮਾਡਲ ਗੱਡੀ ਹੈ ਬਦਿਆ ਸਾਫ ਜਰੀ ਕੰਡੀਸ਼ਨ ਦੇ ਵਿੱਚ 2015 ਮਾਡਲ ਹੈ ਵੀਰੇ ਗੱਡੀ ਦੇ ਜੋ ਟਾਇਰ ਨੇ 80 85 ਪੈਸੇ ਟਾਇਰ ਨੇ ਪੇ ਦਾਗ ਸਾਫ ਤੇ ਬਦਿਆ ਓਰੀਜਨਲ ਟਾਇਰ ਨੇ ਬਿਲਕੁਲ ਓਕੇ ਕੰਡੀਸ਼ਨ ਹੈ ਆਲ ओरिजिनल ਰੰਗ ਪੇਂਟ ਹੈ ਕੋਈ ਡੈメージ ਨਹੀਂ ਕੋਈ ਡੈਂਟ ਨਹੀਂ ਕੋਈ ਐਕਸੀਡੈਂਟ ਨਹੀਂ ਗੱਡੀ ਬੈਲ ਮੈਂਟੇਨਡ ਹੈ ਪੂਰੀ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ 87000 ਦੇ ਕਰੀਬ ਗੱਡੀ ਚੱਲੀ ਵੀ ਹੈ ओरिजिनल ਚੱਲੀ ਹੈ ਵੀਰੇ ਇੰਜਨ ਗੇਅਰ ਦੀ ਕੰਡੀਸ਼ਨ ਬਿਲਕੁਲ ਓਕੇ ਹੈ ਏਕਦਮ ਸਾਇਲੈਂਟ ਗੱਡੀ ਹੈ ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਗੱਡੀ ਤੁਸੀਂ ਦੇਖ ਸਕਦੇ ਹੋ ਸਮੂਥਲੀ ਵਰਕ ਕਰਦਾ ਇੰਜਨ ਗੇਅਰ ਕੋਈ ਐਕਸਟਰਾ ਨੌਇਸ ਵਗੈਰਾ ਨਹੀਂ ਏਕਦਮ ਸਾਇਲੈਂਟ ਗੱਡੀ ਹੈ ਅੰਟੀਰੀਅਰ ਬਾਰੇ ਗੱਲ ਕਰੀਏ ਵਧੀਆ ਟੌਪ ਕਲਾਸ ਦਾ ਇੰਟੀਰੀਅਰ ਹੈ ਵੀਰੇ ਵਧੀਆ ਕੁਆਲਿਟੀ ਦੀ ਸੀਟ ਕਵਰ ਵਗੈਰਾ ਮੈਟਮ ਵਗੈਰਾ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਐਲਈਡੀ ਸਕਰੀਨ ਵਗੈਰਾ ਲੱਗੀ ਵੀ ਹੈ 4 ਵੀਲ ਡਰਾਈਵ ਹੈ ਵੀਰੇ ਗੱਡੀ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ ਸੈਮੀ ਹਾਰਟ ਟੌਪ ਲੱਗੇ ਹੋਏ ਵਧੀਆ ਕੁਆਲਿਟੀ ਦਾ 뮤직 ਸਿਸਟਮ ਵਗੈਰਾ ਹੈ ਬਾਕੀ ਪੇਂਟ ਵਗੈਰਾ ਬਿਲਕੁਲ ਓਕੇ ਹੈ ਕੋਈ ਕਮੀ ਪੇਸ਼ੀ ਨਹੀਂ ਪੰਜਾਬ ਨੰਬਰ ਗੱਡੀ ਹੈ ਵੀਆਈਪੀ ਨੰਬਰ ਹੈ ਪੇਪਰ ਵਗੈਰਾ ਸਾਰੇ ਕੰਪਲੀਟ ਨੇ ਲੋਕੇਸ਼ਨ ਵੀਰੇ ਦੀ ਜਲੰਧਰ ਹੈ ਵੀਰੇ ਉੱਥੇ ਵੀਰੇ ਕੋਲ ਹੈ ਗੱਡੀ ਹੈ ਗੱਡੀ ਦੀ ਰਿਮਾਰਕੀ ਹੈ 5,90,000 ਰੁਪਿਆ ਕਨੈਕਟ ਨੰਬਰਾਂ ਨੇ ਜਸਕ੍ਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਵੀਰੇ ਜਾਣਕਾਰੀ ਲੈ ਕੇ ਤੁਸੀਂ ਗੱਡੀ ਖਰੀਦ ਸਕਦੇ ਹੋ ਹਾਂਜੀ ਵੀਰੇ ਅਬਦਨੋ ਮਹਿੰਦਰਾ ਸਕੋਰਪਿਓ ਗੱਡੀ ਦਿਖਾ ਰਹੇ ਹਾਂ ਮਹਿੰਦਰਾ ਸਕੋਰਪਿਓ ਵੀਰੇ 2015 ਮਾਡਲ ਗੱਡੀ ਹੈ ਐਸ 6 ਵਰਜਨ ਹੈ 2015 ਮਾਡਲ ਸਕੋਰਪਿਓ ਐਸ 6 ਵੀਰੇ ਐਸ 10 ਦੇ ਵਿੱਚ ਕਨਵਰਟ ਕੀਤੀ ਗਈ ਹੈ ਗੱਡੀ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਨਵੀਂ ਦਿਉ ਟਾਇਰ ਨੇ 670 ਪੈਸੇ ਟਾਇਰ ਨੇ ਬੇਦਾਗ ਸਾਫ ਸੁਥਰੇ ਵਧੀਆ origignal ਟਾਇਰ ਨੇ ਅਲੋਏ ਵੀ ਲੱਗੇ ਹੋਏ ਨੇ ਵਧੀਆ ਕੁਆਲਿਟੀ ਦੇ ਹੈਵੀ ਅਲੋਏ ਵੀ ਲੱਗੇ ਨੇ ਬਾਕੀ ਓਵਰਾਲ ਕੰਡੀਸ਼ਨ ਗੱਡੀ ਦੀ ਬਿਲਕੁਲ ਓਕੇ ਹੈ ਨਾਲ origignal ਰੰਗ ਪੇਂਟ ਹੈ ਕੋਈ ਡੈਮੇਜ ਨਹੀਂ ਕੋਈ ਡੈਂਟ ਨਹੀਂ ਕੋਈ ਐਕਸੀਡੈਂਟਰ ਨਹੀਂ ਬਾਡ ਲਾਈਨ ਦੀ ਗੱਡੀ ਸਾਫ ਸੁਥਰੀ ਹੈ ਵੀਰੇ ਕੋਈ ਕਿਤੇ ਨਾਨ ਐਕਸੀਡੈਂਟਡ ਗੱਡੀ ਹੈ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ 72000 ਦੇ ਕਰੀਬ ਗੱਡੀ ਚੱਲੀ ਵੀ ਹੈ origignal ਚੱਲੀ ਹੈ ਇੰਜਨ ਗੇਅਰ ਦੀ ਕੰਡੀਸ਼ਨ ਬਿਲਕੁਲ ਓਕੇ ਹੈ ਵੀਰੇ ਕੋਈ ਐਕਸਟਰਾ ਨੌਇਸ ਵਗੈਰਾ ਨਹੀਂ ਸਾਊਂਡ ਵਗੈਰਾ ਨਹੀਂ ਆਲ オリジナル ਗੱਡੀ ਹੈ ਪਹਿਲੇ ਸੈਲਫਟਾਰਟ ਹੈ ਇਕਦਮ ਸਮੂਥਲੀ ਚੱਲਦੀ ਹੈ ਵੀਰੇ ਕੋਈ ਕਮੀ ਬੇਸ਼ੀ ਨਹੀਂ ਇਕਦਮ ਸਾਇਲੈਂਟ ਗੱਡੀ ਹੈ ਬਾਕੀ ਇਸ 10 ਦੇ ਵਿੱਚ ਕਨਵਰਟ ਕੀਤੀ ਗਈ ਹੈ ਵੀਰੇ ਨੇ ਆਲ オリジナル ਪਾਰਟਸ ਲੱਗੇ ਨੇ ਵੀਰੇ ਜੋ ਪਾਰਟ ਕਨਵਰਟ ਕਰਕੇ ਲਾਏ ਗਏ ਨੇ ਉਹ ਵੀ オリジナル ਲੱਗੇ ਨੇ ਕੋਈ ਕਮੀ ਬੇਸ਼ੀ ਨਹੀਂ ਗੱਡੀ ਦੇ ਵਿੱਚ ਇਕਦਮ ਟੌਪ ਕਲਾਸ ਕੰਡੀਸ਼ਨ ਦੇ ਵਿੱਚ ਹੈ ਇੰਟੀਰੀਅਰ ਵੀ ਟੌਪ ਕਲਾਸ ਕੰਡੀਸ਼ਨ ਦੇ ਵਿੱਚ ਹੈ ਵੀਰੇ ਵਧੀਆ ਐਸੈਸਰੀ ਲੱਗੀ ਵੀ ਹੈ ਕੋਈ ਕਮੀ ਬੇਸ਼ੀ ਨਹੀਂ ਹਰਿਆਣਾ ਨੰਬਰ ਹੈ ਐਨਓਸੀ ਵਗੈਰਾ ਅਵੇਲੇਬਲ ਹੈ ਬਾਕੀ ਪੇਪਰ ਵਗੈਰਾ ਓਵਰঅল ਸਾਰੇ ਕੰਪਲੀਟ ਨੇ ਲੋਕੇਸ਼ਨ ਵੀਰੇ ਲੁਧਿਆਣਾ ਲੋਕੇਸ਼ਨ ਹੈ ਵੀਰਾਂ ਦੀ ਉੱਥੇ ਵੀਰਾਂ ਕੋਲੇ ਇਹ ਗੱਡੀ ਹੈ ਗੱਡੀ ਦੀ ਡਿਮਾਂਡ ਰੱਖੀ ਗਿਆ 9,50,000 ਰੁਪਇਆ ਬਾਕੀ ਮੌਕੇ ਤੇ ਡਿਸਕਾਊਂਟ ਹੋ ਜੁਗਾ ਕਨੈਕਟ ਨੰਬਰ ਹਿੰਜੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਵੀਧੇ ਜਾਣਕਾਰੀ ਲੈ ਸਕਦੇ ਹੋ ਗੱਡੀ ਖਰੀਦ ਸਕਦੇ ਹੋ ਸੁਨਾਰੀ ਵੀਰੇ ਗੱਡੀ ਖਰੀਦਣ ਵੇਲੇ ਪੇਪਰ ਵਗੈਰਾ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਥੈਂਕ ਯੂ ਵੀਰੇ ਸੋ ਤਾਂ ਕਿਭਰੇ ਜਿਹੜੇ ਵੀਰ ਆਪਣੇ ਚੈਨਲ ਜਟਾਂ ਦੇ ਯਾਦ ਨਾਲ ਜੁੜੇ ਹੋਏ ਨੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਜਿਹੜੇ ਵੀਰਾਂ ਨੇ ਹਲੇ ਤਾਈਂ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਵੀਰਾਂ ਨੂੰ ਰਿਕੁਐਸਟ ਹੈ ਵੀ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲੋ ਨਾਲ ਹੀ ਘੰਟੀ ਦੇ ਬਟਨ ਤੇ ਕਲਿੱਕ ਜਰੂਰ ਕਰਨਾ ਵੀਰੇ ਤਾਂ ਜੋ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਸੁਮੀਤ ਕਰੇ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਨਾਲ ਹੀ ਕਮੈਂਟ ਬਾਕਸ ਦੇ ਵਿੱਚ ਆਪ ਆਪ ਦੀ ਕੀਮਤੀ ਸੁਝਾਅ ਸਾਨੂੰ ਜਰੂਰ ਦਿਓ ਜੇ ਕੋਈ ਸਾਡੇ ਵੱਲੋਂ ਕਮੀ ਪਈ ਰਹੀ ਹੈ ਤਾਂ ਸਾਨੂੰ ਪਤਾ ਚੱਲ ਸ ਜਿਵੇਂ ਆਉਣ ਵਾਲੀ ਵੀਡੀਓ ਦੇ ਵਿੱਚ ਸੁਧਾਰ ਕਰਕੇ ਤੁਹਾਡੇ ਲਈ ਚੰਗੇ ਤੋਂ ਚੰਗੇ ਅਗਲੀ ਵੀਡੀਓ ਬਣਾ ਕੇ ਲੈ ਕੇ ਆ ਸਕੀ। ਸੋ ਉਮੀਦ ਕਰਦੇ ਹਾਂ ਵੀਰੇ ਜੁੜੇ ਰਹੋਗੇ ਇਸ ਤਰ੍ਹਾਂ ਆਪਣੇ ਚੈਨਲ ਦੇ ਨਾਲ। ਸੋ ਇੱਕ ਰਿਕਵੈਸਟ ਆਪਣੀ ਉਹ ਵੀਰਾਂ ਨੂੰ ਐ ਜੋ ਆਪਣਾ ਐਡ ਕਰਵਾਉਣ ਲਈ ਮਸ਼ੀਨਰੀ ਸੈਂਡ ਕਰਦੇ ਨੇ। ਸੋ ਪਲੀਜ਼ ਵੀਰੇ ਰਿਕਵੈਸਟ ਹੈ ਜੋ ਕਿ ਮੇਰੇ ਵੀਰ ਐਡ ਕਰਵਾਉਣ ਲਈ ਆਪਣਾ ਮਸ਼ੀਨਰੀ ਸੈਂਡ ਕਰਦਾ ਹੈ ਤੇ ਆਪਣੀ ਚੀਜ਼ ਦਾ ਜੋ ਰੇਟ ਹੈ, ਪ੍ਰਾਈਸ ਹੈ ਉਹ ਮਾਰਕੀਟ ਵੈਲਿਊ ਵਾਲਾ ਰੱਖੋ ਵੀਰੇ ਤੇ ਸਹੀ ਜਾਣਕਾਰੀ ਦਿਓ। ਕਿਉਂਕਿ ਵੀਰੇ ਰੇਟ ਵੀ ਦੇ ਬਾਰੇ ਵੀਰਾਂ ਦੀ ਬਹੁਤ ਕੰਪਲੇਨਟ ਆਉਂਦੀ ਹੈ ਵੀ ਵੀਡੀਓ ਦੇ ਵਿੱਚ ਰੇਟ ਜ਼ਿਆਦਾ ਰੱਖਿਆ ਗਿਆ ਹੈ। ਸੋ ਇਸ ਕਰਕੇ ਵੀਰੇ ਸਾਰੇ ਵੀਰਾਂ ਨੂੰ ਰਿਕੁਐਸਟ ਹੈ ਵੀ ਚੀਜ਼ਾਂ ਦੇ ਰੇਟ ਉਹੀ ਰੱਖਿਆ ਕਰੋ ਜਿਹੜਾ ਮਾਰਕੀਟ ਵੈਲਿਊ ਹਿਸਾਬ ਨਾਲ ਤੁਹਾਡੇ ਜੀਦਾ ਬੰਦਾ ਹੈ। ਰੇਟ ਜ਼ਿਆਦਾ ਰੱਖਣ ਕਾਰਨ ਚੀਜ਼ਾਂ ਸੇਲ ਨਹੀਂ ਹੋ ਪਉਂਦੀਆਂ ਤੇ ਆਪਣੇ ਜਨਰਲ ਦੇ ਵੀ ਉਸ ਜੀਦਾ ਬੁਰਾ ਪ੍ਰਭਾਵ ਪੈਂਦਾ ਹੈ। ਸੋ ਸਹੀ ਰੇਟ ਰੱਖੋ, ਸਹੀ ਜਾਣਕਾਰੀ ਦਿਓ, ਫੋਨ ਨੰਬਰ ਵਗੈਰਾ ਆਪਣਾ ਉਹ ਦਿਆ ਕਰੋ ਜਿਹੜਾ ਤੁਸੀਂ ਰੈਗੂਲਰ ਯੂਜ਼ ਕਰਦੇ ਹੋ। ਲੋਕੇਸ਼ਨ ਵਗੈਰਾ ਆਪਣੀ ਐਡਰੈਸ ਵੱਲ ਦੱਸਿਆ ਕਰੋ ਤਾਂ ਜੋ ਸਾਨੀ ਦੇ ਨਾਲ ਮੈਪ ਤੇ ਵੀ ਰਿਸਰਚ ਕਰਕੇ ਤੁਹਾਡੇ ਕੋਲ ਪਹੁੰਚ ਸਕਣ। ਸੁਮੀਤ ਕਰਦੇ ਮੇਰੇ ਇਹਨਾਂ ਚੀਜ਼ਾਂ ਦੇ ਤੋ ਜ਼ਰੂਰ ਗੌਰ ਕਰੋਗੇ ਸਪੋਰਟ ਕਰੋਗੇ ਸਾਥ ਦੇਵੋਗੇ ਜੁੜੇ ਰਹੋਗੇ ਆਪਣੇ ਚੈਨਲ ਜਟਾਂ ਦੇ ਨਾਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਜੋ ਵੀਡੀਓ ਅੱਗੇ ਵੀ ਕਿਸਾਨ ਵੀਰਾਂ ਕੋਲੇ ਪਹੁੰਚਦੀ ਰਹੇ ਤੇ ਆਪਣੇ ਹਰੇਕ ਵੀਰ ਨੂੰ ਬਿਨਾ ਕਿਸੇ ਕਮਿਸ਼ਨ ਤੋਂ ਮਸ਼ੀਨਰੀ ਖਰੀਦਣ ਦੇ ਵਿੱਚ ਜੇ ਮਸ਼ੀਨਰੀ ਦੇ ਵਿੱਚ